ਵੀ ਹੋ ਸਕੇ। ਸੋ ਸੇਵਾਦਾਰ ਨੂੰ ਬੇਨਤੀ ਹੈ ਕਿ ਭਾਈ ਆਰਾਮ ਦੇ ਨਾਲ ਸੰਗਤਾਂ ਨੂੰ ਬਿਠਾ ਲਓ। ਚਾਹ ਪਾਣੀ ਜੋ ਵੀ ਲੰਗਰ ਤਿਆਰ ਕੀਤਾ, ਬੜੇ ਪਿਆਰ ਦੇ ਸਤਿਕਾਰ ਦੇ ਨਾਲ ਆਪਾਂ ਬੱਚਿਆਂ ਨੂੰ ਮਨੁੱਖਾਂ ਨੂੰ ਛੋੜਨਾ ਹੈ, ਨਾਲ ਹੀ ਆਪਾਂ ਹੋਰ ਇਤਿਹਾਸ ਸਰਵਣ ਕਰਨਾ। ਭਾਈ ਆਪਾਂ ਰਾਹਤ ਦਿੱਤੀ ਜਿਸ ਤਰ੍ਹਾਂ ਪਹਿਲਾਂ ਆਪਾਂ ਨੂੰ ਸਰਦਾਰਾ ਸਰਦਾਰ ਚਰਨ ਸਿੰਘ ਜੀ ਜੋਸ਼ ਦਿੱਤਾ ਕਿ ਭਾਈ ਬਹੁਤ ਕਿਸੇ ਦੇ ਲੰਗਰ ਚੱਲਦੇ ਹੈ, ਆਪਾਂ ਪੂਰਾ ਵਿਚਾਰ ਕਰਨਾ, ਇਸ ਗੱਲ ਨੂੰ ਆਪਣੀ ਸਮਝ ਵਿੱਚ ਲੈ ਕੇ ਜਾਣਾ ਹੈ। ਜਦੋਂ ਬੁਲਾ ਆ ਗਿਆ ਬੜੇ ਆਰਾਮ ਦੇ ਨਾਲ ਸਰਦਾ ਕਰੋ, ਬੈਠ ਕੇ ਆਰਾਮ ਦੇ ਨਾਲ ਚਾਹ ਪੀਓ। ਸਰਦੀ ਦਾ ਮੌਸਮ ਹੈ, ਧੁੱਪ ਬਣਾਇਆ, ਨਾ ਵਾਲਿਆਂ ਨੇ ਖੁਸ਼ ਹੋਣਾ ਹੈ ਅਤੇ ਆਪਣਾ ਸਮਾਂ ਸਾਂਭਣਾ ਹੈ। ਸੰਗਤ ਬਹੁਤ ਆਉਂਦੇ ਆ ਪਿੱਛੇ, ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਨਾ ਅਗਲੇ ਤੱਕ ਚਲੇ ਜਾਓ, ਅੱਗੇ ਘਰ ਦੇ ਵਿੱਚ ਜਗ੍ਹਾ ਤੌਰ ਤੇ ਬੈਠ ਜਾਓ, ਇੱਧਰ ਪਾਲਕੀ ਵਾਲੇ ਪਾਸੇ ਚਲੇ ਜਾਓ ਭਾਈ, ਆਰਾਮ ਨਾਲ ਖਾਧੋ ਤਾਂ ਕਿ ਗੁਰਮੁਖਾਂ ਨੂੰ ਲੰਗਰ ਪਾਣੀ ਛਕਾਉਣ ਵਾਸਤੇ ਵੀ ਕੋਈ ਤਕਲੀਫ ਨਾ ਆਵੇ। ਥੋੜ੍ਹਾ ਥੋੜ੍ਹਾ ਰਸਤਾ ਛੱਡ ਕੇ ਸਾਰੀ ਸੰਗਤਾਂ ਆਰਾਮ ਦੇ ਨਾਲ ਚੱਲ ਜਾਓ, ਹੁਣ ਆਪਾਂ ਨੂੰ 20 ਮਿੰਟ ਅੰਦਰ ਸਾਬਤ ਹੋਈ ਆ, ਅੰਦਰ ਆ ਜਾਓ ਵੀਰੇ, ਅੰਦਰ ਆ ਜਾਓ।